Good morning, students. ਆਪਾਂ ਸਾਰੇ ਜਣੇ ਕਿੰਨੇ ਦਿਨਾਂ ਤੋਂ ਲੌਕਡਾਊਨ ਚ ਅੰਦਰ ਬੈਠੇ ਆ ਅਜੇ ਹੋਰ ਨਹੀਂ ਆਪਾਂ ਨੂੰ ਪਤਾ ਕਿ ਕਿੰਨੀ ਦੇਰ ਇਹ ਹਾਲਾਤ ਰਹਿਣਗੇ ਬਟ ਕੀ ਤੁਸੀਂ ਇਹ ਨੋਟਿਸ ਕੀਤਾ ਹੈ ਕਿ ਜੋ ਆਪਾਂ ਨੂੰ ਅੰਦਰ ਤਾਂ ਰਹਿਣਾ ਪਿਆ ਬਟ ਅਸੀਂ ਸਾਰਾ ਜੋ ਸਾਡੀ ਪ੍ਰਿਥਵੀ ਹੈ ਸਾਡੇ ਆਸੇ ਪਾਸੇ ਜੋ ਇਨਵਾਇਰਮੈਂਟ ਹੈ ਸਰਾਊਂਡਿੰਗਸ ਹੈ ਉਹ ਕਿੰਨਾ ਸਾਫ਼ ਹੋਇਆ ਹੈ ਨਾ ਗੱਡੀਆਂ ਨਹੀਂ ਨਿਕਲ ਰਹੀਆਂ ਅਤੇ ਪੋਲਿਊਸ਼ਨ ਘੱਟ ਹੋ ਰਿਹਾ ਆਸੇ ਪਾਸੇ ਬਰਡਸ ਕਾਂ ਤੱਕ ਵਾਪਸ ਆ ਗਏ ਨੇ ਕਈ ਬਰਡਸ ਹੈਗੇ ਜਿਹੜੇ ਆਪਾਂ ਨੂੰ ਨਹੀਂ ਦਿਖਦੇ ਸੀ ਸੋ ਮੈਂ ਸੋਚਿਆ ਕਿ ਆਪਾਂ ਇੱਕ ਕੰਪੀਟੀਸ਼ਨ ਕਰਾਂਗੇ ਫੋਰਥ ਟੂ ਟੈਂਥ ਕਲਾਸ ਪਹਿਲਾ ਕੰਪੀਟੀਸ਼ਨ ਤਾਂ ਹੈ ਕਿ ਤੁਸੀਂ ਇੱਕ ਫੋਟੋਗ੍ਰਾਫ ਖਿੱਚਣੀ ਹੈ ਚਾਹੇ ਤੁਸੀਂ ਜੇ ਕਿਸੇ ਕੋਲ ਡੀ ਐੱਸ ਆਰ ਹੈ ਕੈਮਰਾ ਹੈ ਤਾਂ ਉਹਦੇ ਨਾਲ ਖਿੱਚ ਸਕਦੇ ਹੋ ਨਹੀਂ ਤਾਂ ਮੋਬਾਈਲ ਦੇ ਬਿਕੋਜ਼ ਔਨਲਾਈਨ ਕਲਾਸਿਸ ਚੱਲ ਰਹੀਆਂ ਨੇ ਤਾਂ ਮੋਬਾਈਲ ਅੱਜ ਕੱਲ੍ਹ ਬੱਚਿਆਂ ਦੀ ਐਕਸੈਸ 'ਚ ਹੈ ਇਹਨੂੰ ਸਿਰਫ ਆਪਣੀ ਸਟੱਡੀਜ਼ ਲਈ ਅਤੇ ਚੰਗੇ ਕੰਮਾਂ ਲਈ ਯੂਜ਼ ਕਰਨਾ ਅਤੇ ਉਹਦੇ ਵਿੱਚ ਤੁਸੀਂ ਬੈਸਟ ਪਿਕਚਰ ਖਿੱਚਣੀ ਹੈ ਠੀਕ ਹੈ ਨੇਚਰ ਦੀ ਪਿਕਚਰ ਖਿੱਚਣੀ ਹੈ ਕੁਦਰਤ ਦੀ ਖਿੱਚਣੀ ਹੈ ਤੁਸੀਂ ਆਪਣੇ ਵਿਹੜੇ 'ਚੋਂ ਵੀ ਘਰ ਦੇ ਵਿਹੜੇ 'ਚੋਂ ਖਿੱਚ ਸਕਦੇ ਹੋ ਛੱਤ 'ਤੇ ਜਾ ਕੇ ਖਿੱਚ ਸਕਦੇ ਹੋ ਆਪਣੇ ਜੇ ਤੁਹਾਡੇ ਘਰ ਵਿੱਚ ਬਗੀਚੀ ਹੈ ਉੱਥੋਂ ਵੀ ਖਿੱਚ ਸਕਦੇ ਹੋ ਠੀਕ ਹੈ ਅਤੇ ਤੁਸੀਂ ਆਪਣੇ ਆਪਣੇ ਕਲਾਸ ਗਰੁੱਪਸ ਦੇ ਵਿੱਚ ਇਹ ਫੋਟੋਗ੍ਰਾਫਸ ਖਿੱਚ ਕੇ ਪਾਉਣੀਆਂ ਨੇ ਜਿਹੜੀਆਂ ਬੈਸਟ 3 ਫੋਟੋਗ੍ਰਾਫਸ ਹੋਣਗੀਆਂ ਸਕੂਲ ਤੋਂ ਉਹਨਾਂ ਨੂੰ ਸੂਟੇਬਲੀ ਰਿਵਾਰਡ ਦਿੱਤਾ ਜਾਏਗਾ ਦੂਸਰਾ ਕੰਪੀਟੀਸ਼ਨ ਹੈ 8 to 10th ਕਲਾਸ ਵਾਸਤੇ ਜੋ ਵੀ ਪੋਜ਼ਿਟਿਵ ਇੰਪੈਕਟ ਇਸ ਚੀਜ਼ ਦਾ ਹੋਇਆ ਤੁਸੀਂ ਨੈਗੇਟਿਵ ਨਹੀਂ ਤੁਸੀਂ ਸੋਚਣਾ ਅਸੀਂ ਸਿਰਫ ਪੋਜ਼ਿਟਿਵ ਸੋਚਣਾ ਹੈ ਕਿ ਪੋਜ਼ਿਟਿਵ ਇਸ ਚੀਜ਼ ਘਰ ਬੈਠਣ ਦੇ ਨਾਲ ਸਾਡੇ ਅਤੇ ਸਾਡੀ ਦੁਨੀਆ ਦੇ ਆਸੇ ਪਾਸੇ ਸਾਰੀ ਦੁਨੀਆ ਵਿੱਚ ਇਸ ਚੀਜ਼ ਦਾ ਕੀ ਪੋਜ਼ਿਟਿਵ ਅਸਰ ਹੋਇਆ ਉਹਨੂੰ ਤੁਸੀਂ ਐਕਸਪ੍ਰੈਸ ਕਰੋਗੇ ਇੱਕ ਐਸੇ ਦੀ ਸ਼ੇਪ ਦੇ ਵਿੱਚ ਉਹ ਐਸੇ ਤੁਸੀਂ ਇੰਗਲਿਸ਼ 'ਚ ਵੀ ਲਿਖ ਸਕਦੇ ਹੋ ਪੰਜਾਬੀ 'ਚ ਵੀ ਲਿਖ ਸਕਦੇ ਹੋ ਹਿੰਦੀ 'ਚ ਵੀ ਲਿਖ ਸਕਦੇ ਹੋ ਉਹ ਵੀ ਜਿਹੜੇ ਬੈਸਟ 3 ਪੁਆਇੰਟ ਹੋ ਤੁਸੀਂ ਉਹਨਾਂ ਨੂੰ ਅਵਾਰਡ ਕਰੋ ਤੁਸੀਂ ਇਹਨੂੰ ਆਪਣੇ ਪੇਰੈਂਟਸ ਦੇ ਨਾਲ ਡਿਸਕਸ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਡਿਸਕਸ ਕਰੋ ਪਰ ਐਕਸਪ੍ਰੈਸ਼ਨ ਤੁਹਾਡਾ ਆਪਣਾ ਹੋ ਲੈਂਗੁਏਜ ਤੁਸੀਂ ਖੁਦ ਚੂਜ਼ ਕਰਨੀ ਹੈ ਆਪਣਾ ਆਈ ਹੋਪ ਆਈ ਐਮ ਕਲੀਅਰ ਬਾਕੀ ਉੱਪਰ ਵੀ ਦਿੱਤਾ ਹੋਇਆ ਨਾਂ ਨਹੀਂ ਤੁਹਾਨੂੰ ਦੇ ਰਹੇ ਹਾਂ ਇੱਕ ਹੋਰ ਉਹਨੂੰ ਵੀ ਤੁਸੀਂ ਪੜ੍ਹ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਜੇ ਇੰਗਲਿਸ਼ ਲਿਖਦੇ ਹੋ ਤਾਂ ਉਹਦਾ ਪੋਜ਼ਿਟਿਵ ਇੰਪੈਕਟ ਹੈਗਾ ਉਹਦੇ ਬਾਰੇ ਤੁਸੀਂ ਲਿਖਣਾ ਹੈ ਅਤੇ ਪੰਜਾਬੀ ਵਿੱਚ ਠੀਕ ਹੈ ਜੀ ਥੈਂਕ ਯੂ